ਬਿਲਕੁਲ ਸਹੀ ਸੀ, ਰਾਤੀ ਆਏ ਆ ਬਰਨਾਲੇ ਤੋਂ, ਪ੍ਰੋਗਰਾਮ ਸੀ ਉੱਥੇ ਕੋਈ ਇਹਨਾਂ ਦਾ ਰੰਗਮੰਚ ਦਾ, ਉੱਥੋਂ ਆਏ ਨੇ ਅਤੇ ਸਵੇਰੇ ਜਦੋਂ ਆਂਟੀ ਨੇ ਉਠਾਇਆ ਤਾਂ ਅੱਗੇ 5 ਵਜੇ ਉੱਠਦੇ ਨੇ ਪਰ ਅੱਜ ਉੱਠੇ ਨਹੀਂ ਸੀਗੇ। ਜਦੋਂ ਉਹਨਾਂ ਨੇ ਦੇਖਿਆ ਕਿ ਨਹੀਂ ਉੱਠੇ ਤਾਂ ਉਠਾਇਆ ਤਾਂ ਪਾਤਰ ਜੀ ਹਿੱਲੇ ਨਹੀਂ, ਸਾਡੇ ਸਾਹਮਣੇ ਡਾਕਟਰ ਸਾਹਿਬ ਨੇ ਸੰਧੂ ਸਾਹਿਬ ਉਹਨਾਂ ਨੂੰ ਬੁਲਾਇਆ ਗਿਆ ਔਰ ਬੜੇ ਹੀ ਦੁੱਖ ਦੀ ਗੱਲ ਹੋਈ ਕਿ ਉਹਨਾਂ ਨੇ ਕਿਹਾ ਕਿ ਪਾਤਰ ਸਾਹਿਬ ਨਹੀਂ, ਸਾਇਲੈਂਟ ਅਟੈਕ ਹੈ। ਠੀਕ ਹੈ, ਅਤੇ ਕੀ ਬਿਮਾਰ ਚੱਲ ਰਹੇ ਸੀਗੇ? ਨਹੀਂ ਨਹੀਂ ਕੋਈ ਬਿਮਾਰ ਨਹੀਂ ਸੀ, ਰਾਤੀ ਆਏ ਨੇ ਰਾਤੀ ਆਏ। ਠੀਕ ਹੈ, ਪਹਿਲਾਂ ਕੋਈ ਸਰਜਰੀ ਹੋ ਗਈ ਹੈ ਕਿਸੇ ਨੇ? 5 ਸਾਲ ਪਹਿਲਾਂ ਹੋਈ ਹੈ ਜੀ। ਕਿਸ ਚੀਜ਼ ਦੀ ਸਰਜਰੀ? ਹਾਰਟ ਦੀ। ਅੱਛਾ, ਅਤੇ ਹੁਣ ਠੀਕ ਸੀਗੇ? ਹਾਂ ਬਿਲਕੁਲ ਠੀਕ ਸੀ। ਅਫਸੋਸ ਹੈ ਬੜਾ, ਬਹੁਤ ਜ਼ਿਆਦਾ ਅਫਸੋਸ। ਔਰ ਨਾਮਵਰ ਸ਼ਖਸੀਅਤ ਚਲੀ ਗਈ ਪੰਜਾਬੀ ਦੀ, ਇੱਕ ਬਹੁਤ ਹੀ ਨਾ ਪੂਰਾ ਹੋਣ ਵਾਲਾ ਨਾ ਪੂਰਾ ਕਦੀ ਵੀ ਨਾ ਪੂਰਾ ਪੰਜਾਬੀ ਨੂੰ ਇੱਕ ਬਹੁਤ ਵੱਡਾ ਘੱਟ। ਉਹਨਾਂ ਦੀ ਕਵਿਤਾਵਾਂ ਅਸੀਂ ਪੜ੍ਹ ਬਹੁਤ 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 ਮੈਨੂੰ ਸਾਹਮਣੇ ਡਾਕਟਰ ਸਾਹਿਬ ਦੱਸ ਰਹੇ ਸੀ ਅੱਜ ਵੀ ਜਿਹੜੀ ਉਹਨਾਂ ਦੀ ਕਿਤਾਬਾਂ ਦੀ ਹੈਗੀ ਹੈ ਨਾ ਬੁੱਕ ਹੈ, ਲੋਕ ਕੈਨੇਡਾ ਅਮੈਰੀਕਾ ਤੋਂ ਕਹਿੰਦੇ ਸੀ ਵੀ ਸਾਨੂੰ ਇਹਨਾਂ ਦੇ ਸਿਗਨੇਚਰ ਕੀਤੇ ਭੇਜੋ, ਪਾਤਰ ਸਾਹਿਬ ਦੀ ਸਿਗਨੇਚਰ ਕੀਤੀਆਂ ਬੁੱਕ ਭੇਜੋ, ਇੰਨਾ ਪਿਆਰ ਸੀ ਲੋਕਾਂ ਦੇ, ਇੰਨਾ ਦਾ ਪਿਆਰ ਸੀ ਲੋਕਾਂ ਦੇ ਵਿੱਚ, ਇੰਨੇ ਹੀ ਨਰਮ ਦਿਲ ਬੰਦੇ ਸੀ। ਬਿਲਕੁਲ ਸਹੀ ਸੀ, ਰਾਤੀ ਆਏ ਆ ਬਰਨਾਲੇ ਤੋਂ, ਪ੍ਰੋਗਰਾਮ ਸੀ ਉੱਥੇ ਕੋਈ ਇਹਨਾਂ ਦਾ ਰੰਗਮੰਚ ਦਾ, ਉੱਥੋਂ ਆਏ ਨੇ ਅਤੇ ਸਵੇਰੇ ਜਦੋਂ ਆਂਟੀ ਨੇ ਉਠਾਇਆ ਤਾਂ ਅੱਗੇ 5 ਵਜੇ ਉੱਠਦੇ ਨੇ ਪਰ ਅੱਜ ਉੱਠੇ ਨਹੀਂ ਸੀਗੇ। ਜਦੋਂ ਉਹਨਾਂ ਨੇ ਦੇਖਿਆ ਕਿ ਨਹੀਂ ਉੱਠੇ ਤਾਂ ਉਠਾਇਆ ਤਾਂ ਪਾਤਰ ਜੀ ਹਿੱਲੇ ਨਹੀਂ, ਸਾਡੇ ਸਾਹਮਣੇ ਡਾਕਟਰ ਸਾਹਿਬ ਨੇ ਸੰਧੂ ਸਾਹਿਬ ਉਹਨਾਂ ਨੂੰ ਬੁਲਾਇਆ ਗਿਆ ਔਰ ਬੜੇ ਹੀ ਦੁੱਖ ਦੀ ਗੱਲ ਹੋਈ ਕਿ ਉਹਨਾਂ ਨੇ ਕਿਹਾ ਕਿ ਪਾਤਰ ਸਾਹਿਬ ਨਹੀਂ, ਸਾਇਲੈਂਟ ਅਟੈਕ ਹੈ। ਠੀਕ ਹੈ, ਅਤੇ ਕੀ ਬਿਮਾਰ ਚੱਲ ਰਹੇ ਸੀਗੇ? ਨਹੀਂ ਨਹੀਂ ਕੋਈ ਬਿਮਾਰ ਨਹੀਂ ਸੀ, ਰਾਤੀ ਆਏ ਨੇ ਰਾਤੀ ਆਏ। ਠੀਕ ਹੈ, ਪਹਿਲਾਂ ਕੋਈ ਸਰਜਰੀ ਹੋ ਗਈ ਹੈ ਕਿਸੇ ਨੇ? 5 ਸਾਲ ਪਹਿਲਾਂ ਹੋਈ ਹੈ ਜੀ। ਕਿਸ ਚੀਜ਼ ਦੀ ਸਰਜਰੀ? ਹਾਰਟ ਦੀ। ਅੱਛਾ, ਅਤੇ ਹੁਣ ਠੀਕ ਸੀਗੇ? ਹਾਂ ਬਿਲਕੁਲ ਠੀਕ ਸੀ। ਅਫਸੋਸ ਹੈ ਬੜਾ, ਬਹੁਤ ਜ਼ਿਆਦਾ ਅਫਸੋਸ। ਔਰ ਨਾਮਵਰ ਸ਼ਖਸੀਅਤ ਚਲੀ ਗਈ ਪੰਜਾਬੀ ਦੀ, ਇੱਕ ਬਹੁਤ ਹੀ ਨਾ ਪੂਰਾ ਹੋਣ ਵਾਲਾ ਨਾ ਪੂਰਾ ਕਦੀ ਵੀ ਨਾ ਪੂਰਾ ਪੰਜਾਬੀ ਨੂੰ ਇੱਕ ਬਹੁਤ ਵੱਡਾ ਘੱਟ। ਉਹਨਾਂ ਦੀ ਕਵਿਤਾਵਾਂ ਅਸੀਂ ਪੜ੍ਹ ਬਹੁਤ 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 ਮੈਨੂੰ ਸਾਹਮਣੇ ਡਾਕਟਰ ਸਾਹਿਬ ਦੱਸ ਰਹੇ ਸੀ ਅੱਜ ਵੀ ਜਿਹੜੀ ਉਹਨਾਂ ਦੀ ਕਿਤਾਬਾਂ ਦੀ ਹੈਗੀ ਹੈ ਨਾ ਬੁੱਕ ਹੈ, ਲੋਕ ਕੈਨੇਡਾ ਅਮੈਰੀਕਾ ਤੋਂ ਕਹਿੰਦੇ ਸੀ ਵੀ ਸਾਨੂੰ ਇਹਨਾਂ ਦੇ ਸਿਗਨੇਚਰ ਕੀਤੇ ਭੇਜੋ, ਪਾਤਰ ਸਾਹਿਬ ਦੀ ਸਿਗਨੇਚਰ ਕੀਤੀਆਂ ਬੁੱਕ ਭੇਜੋ, ਇੰਨਾ ਪਿਆਰ ਸੀ ਲੋਕਾਂ ਦੇ, ਇੰਨਾ ਦਾ ਪਿਆਰ ਸੀ ਲੋਕਾਂ ਦੇ ਵਿੱਚ, ਇੰਨੇ ਹੀ ਨਰਮ ਦਿਲ ਬੰਦੇ ਸੀ। ਬਿਲਕੁਲ ਸਹੀ ਸੀ, ਰਾਤੀ ਆਏ ਆ ਬਰਨਾਲੇ ਤੋਂ, ਪ੍ਰੋਗਰਾਮ ਸੀ ਉੱਥੇ ਕੋਈ ਇਹਨਾਂ ਦਾ ਰੰਗਮੰਚ ਦਾ, ਉੱਥੋਂ ਆਏ ਨੇ ਅਤੇ ਸਵੇਰੇ ਜਦੋਂ ਆਂਟੀ ਨੇ ਉਠਾਇਆ ਤਾਂ ਅੱਗੇ 5 ਵਜੇ ਉੱਠਦੇ ਨੇ ਪਰ ਅੱਜ ਉੱਠੇ ਨਹੀਂ ਸੀਗੇ। ਜਦੋਂ ਉਹਨਾਂ ਨੇ ਦੇਖਿਆ ਕਿ ਨਹੀਂ ਉੱਠੇ ਤਾਂ ਉਠਾਇਆ ਤਾਂ ਪਾਤਰ ਜੀ ਹਿੱਲੇ ਨਹੀਂ, ਸਾਡੇ ਸਾਹਮਣੇ ਡਾਕਟਰ ਸਾਹਿਬ ਨੇ ਸੰਧੂ ਸਾਹਿਬ ਉਹਨਾਂ ਨੂੰ ਬੁਲਾਇਆ ਗਿਆ ਔਰ ਬੜੇ ਹੀ ਦੁੱਖ ਦੀ ਗੱਲ ਹੋਈ ਕਿ ਉਹਨਾਂ ਨੇ ਕਿਹਾ ਕਿ ਪਾਤਰ ਸਾਹਿਬ ਨਹੀਂ, ਸਾਇਲੈਂਟ ਅਟੈਕ ਹੈ। ਠੀਕ ਹੈ, ਅਤੇ ਕੀ ਬਿਮਾਰ ਚੱਲ ਰਹੇ ਸੀਗੇ? ਨਹੀਂ ਨਹੀਂ ਕੋਈ ਬਿਮਾਰ ਨਹੀਂ ਸੀ, ਰਾਤੀ ਆਏ ਨੇ ਰਾਤੀ ਆਏ। ਠੀਕ ਹੈ, ਪਹਿਲਾਂ ਕੋਈ ਸਰਜਰੀ ਹੋ ਗਈ ਹੈ ਕਿਸੇ ਨੇ? 5 ਸਾਲ ਪਹਿਲਾਂ ਹੋਈ ਹੈ ਜੀ। ਕਿਸ ਚੀਜ਼ ਦੀ ਸਰਜਰੀ? ਹਾਰਟ ਦੀ। ਅੱਛਾ, ਅਤੇ ਹੁਣ ਠੀਕ ਸੀਗੇ? ਹਾਂ ਬਿਲਕੁਲ ਠੀਕ ਸੀ। ਅਫਸੋਸ ਹੈ ਬੜਾ, ਬਹੁਤ ਜ਼ਿਆਦਾ ਅਫਸੋਸ। ਔਰ ਨਾਮਵਰ ਸ਼ਖਸੀਅਤ ਚਲੀ ਗਈ ਪੰਜਾਬੀ ਦੀ, ਇੱਕ ਬਹੁਤ ਹੀ ਨਾ ਪੂਰਾ ਹੋਣ ਵਾਲਾ ਨਾ ਪੂਰਾ ਕਦੀ ਵੀ ਨਾ ਪੂਰਾ ਪੰਜਾਬੀ ਨੂੰ ਇੱਕ ਬਹੁਤ ਵੱਡਾ ਘੱਟ। ਉਹਨਾਂ ਦੀ ਕਵਿਤਾਵਾਂ ਅਸੀਂ ਪੜ੍ਹ ਬਹੁਤ ਬਹੁਤ ਬਹੁਤ
ਮੈਨੂੰ ਸਾਹਮਣੇ ਡਾਕਟਰ ਸਾਹਿਬ ਦੱਸ ਰਹੇ ਸੀ ਅੱਜ ਵੀ ਜਿਹੜੀ ਉਹਨਾਂ ਦੀ ਕਿਤਾਬਾਂ ਦੀ ਹੈਗੀ ਹੈ ਨਾ ਬੁੱਕ ਹੈ, ਲੋਕ ਕੈਨੇਡਾ ਅਮੈਰੀਕਾ ਤੋਂ ਕਹਿੰਦੇ ਸੀ ਵੀ ਸਾਨੂੰ ਇਹਨਾਂ ਦੇ ਸਿਗਨੇਚਰ ਕੀਤੇ ਭੇਜੋ, ਭਗਤ ਸਾਹਿਬ ਦੀ ਸਿਗਨੇਚਰ ਕੀਤੀਆਂ ਬੁੱਕ ਭੇਜੋ। ਇੰਨਾ ਪਿਆਰ ਸੀ ਲੋਕਾਂ ਦੇ, ਇੰਨਾ ਇਹਨਾਂ ਦਾ ਪਿਆਰ ਸੀ ਲੋਕਾਂ ਦੇ ਵਿੱਚ, ਇੰਨੇ ਹੀ ਨਰਮ ਦਿਲ ਬੰਦੇ ਸੀ।